ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਨਾ ਸ੍ਰੀ ਮਹੱਲਾ ਪਹਿਲਾ। ਇਸ ਪਾਵਨ ਸ਼ਬਦ ਵਿੱਚ ਸਤਿਗੁਰੂ ਸਾਹਿਬ ਜੀ ਉਹਨਾਂ ਸੰਬੰਧੀਆਂ ਦੇ ਪ੍ਰਥਾਏ ਹੀ ਸਿੱਖਿਆ ਦਿੰਦੇ ਹੋਏ ਸ੍ਰੀ ਨਨਕਾਣਾ ਸਾਹਿਬ ਵਿੱਚ ਅੰਮ੍ਰਿਤ ਰੂਪ ਸ਼ਬਦ ਉਚਾਰਨ ਕਰਦੇ ਹਨ ਕਿ ਪਰਮੇਸ਼ਰ ਦਾ ਨਾਮ ਜਪ ਕੇ ਹੀ ਜੀਵਨ ਪਦਵੀ ਦੀ ਪ੍ਰਾਪਤੀ ਹੁੰਦੀ ਹੈ। ਜੀਵਾ ਤੇਰੇ ਨਾਏ ਮਨ ਆਨੰਦ ਹੈ ਜੀਓ। ਸੋ ਇੱਥੇ ਨਾਏ ਨਾਮ ਦਾ ਵਾਚਕ ਹੈ, ਪੋਲਾ ਬੋਲਣਾ ਹੈ। ਕਿਤੇ ਨਾਏ ਆਉਂਦਾ ਹੈ ਉਹ ਨਹਾਉਣ ਦਾ ਇਸ਼ਨਾਨ ਦਾ ਵਾਚਕ ਹੁੰਦਾ ਹੈ। ਹੇ ਪਰਮੇਸ਼ਰ ਜੀ, ਤੁਹਾਡੇ ਨਾਏ ਨਾਮ ਨੂੰ ਜਪਣੇ ਕਰਕੇ ਹੀ ਆਤਮਕ ਜੀਵਨ ਵੱਲੋਂ ਜਿਉਂਦੇ ਹੋਈਦਾ ਹੈ ਅਤੇ ਮਨ ਹਿਰਦੇ ਵਿੱਚ ਆਨੰਦ ਪ੍ਰਾਪਤ ਹੁੰਦਾ ਹੈ। ਮਨ ਆਨੰਦ ਆਨੰਗ ਦੋ ਨਾਮ ਦਵੈਤ ਤੋਂ ਆਨੰਗ ਰਹਿਤ ਹੋ ਜਾਂਦਾ ਹੈ, ਭਾਵ ਮਨ ਵਿੱਚੋਂ ਦਵੈਤ ਮਿਟ ਹੀ ਜਾਂਦੀ ਹੈ। ਸਾਚੋ ਸਾਚਾ ਨਾਉ ਗੁਣ ਗੋਬਿੰਦ ਹੈ ਜੀਓ। ਹੇ ਪਿਆਰੇ ਜੀਵ, ਸੱਚੇ ਪਰਮੇਸ਼ਰ ਦਾ ਨਾਮ ਸੱਚਾ ਹੈ ਅਤੇ ਗੋਬਿੰਦ ਪ੍ਰਿਥਵੀ ਦੀ ਵਿੰਦ ਰੱਖਿਆ ਕਰਨ ਵਾਲਾ ਪਰਮੇਸ਼ਰ ਆਪ ਹੀ ਗੁਣ ਗਿਆਨ ਸਰੂਪ ਹੈ। ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਗੁਣ ਦੇਣ ਵਾਲਾ ਹੈ। ਉਸ ਪਰਮੇਸ਼ਰ ਦੇ ਬੇਅੰਤ ਗੁਣ ਉਪਕਾਰ ਹਨ ਜਿਸਨੇ ਪਹਿਲਾਂ ਆਪਣੇ ਆਪ ਤੋਂ ਜੜ ਪੰਜਾਂ ਤੱਤਾਂ ਨੂੰ ਪੈਦਾ ਕਰਕੇ ਫਿਰ ਉਹਨਾਂ ਵਿੱਚ ਆਪਣੀ ਚੇਤਨ ਸੱਤਾ ਪਾ ਕੇ ਹਰਕਤ ਕਰਨ ਵਿੱਚ ਲਿਆਂਦਾ ਹੈ, ਭਾਵ ਆਕਾਸ਼ ਨੂੰ ਵੇਲ ਕਰਨ ਵਾਲਾ ਬਣਾ ਦਿੱਤਾ, ਹਵਾ ਨੂੰ ਸਵਾਸ ਉਪਦੇਸ਼ਟਾ ਰੂਪ, ਅਗਨੀ ਨੂੰ ਅੰਨ ਹਜਮ ਕਰਨ ਵਾਲੀ, ਪਾਣੀ ਨੂੰ ਪਿਤਾ ਰੂਪ ਅਤੇ ਧਰਤੀ ਨੂੰ ਮਾਤਾ ਰੂਪ ਬਣਾ ਦਿੱਤਾ ਹੈ। ਹੇ ਪਿਆਰੇ ਜੀ, ਜੋ ਸੱਚੇ ਪਰਮੇਸ਼ਰ ਦੇ ਨਾਮ ਦਾ ਸਰਵਣ ਕਰਦੇ ਹਨ, ਸੱਚੇ ਨਾਮ ਦਾ ਮੰਨਣ ਕਰਦੇ ਹਨ, ਉਹ ਜੀਓ ਕਹੀਏ ਹਿਰਦੇ ਦੇ ਅੰਦਰ ਕੀਰਤਨ ਰੂਪ ਵਿੱਚ ਗੋਬਿੰਦ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਅਤੇ ਗੁਰ ਗਿਆਨ ਅਪਾਰਾ ਸਿਰਜਣ ਹਾਰਾ ਜਿਨ ਸਿਰਜੀ ਤਿਨ ਗੋਈ। ਉਹਨਾਂ ਨੂੰ ਪੂਰੇ ਸਤਿਗੁਰਾਂ ਦੁਆਰਾ ਅਪਾਰਾ ਪ੍ਰਕਿਰਤੀ ਦੇ ਪਾਰਾ ਵਾਰ ਤੋਂ ਰਹਿਤ ਸਿਰਜਣ ਹਾਰਾ ਜਗਤ ਨੂੰ ਰਚਣ ਵਾਲੇ ਪਰਮੇਸ਼ਰ ਦਾ ਅਪਰੋਖ ਗਿਆਨ ਹੋ ਜਾਂਦਾ ਹੈ ਅਤੇ ਉਹਨਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ ਜਿਨ ਜਿਸ ਵਾਹਿਗੁਰੂ ਨੇ ਇਹ ਸ੍ਰਿਸ਼ਟੀ ਸਿਰਜੀ ਪੈਦਾ ਕੀਤੀ ਹੈ ਉਸ ਨੇ ਆਪ ਹੀ ਆਪਣੇ ਵਿੱਚ ਗੋਈ ਬੁਲਾਈ ਆ, ਮਿਲਾਈ ਆ, ਛਪਾਈ ਆ। ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕੈ ਕੋਈ। ਜਦੋਂ ਉਸ ਵਾਹਿਗੁਰੂ ਦੇ ਹੁਕਮ ਦੁਆਰਾ ਦੂਤਾਂ ਦੇ ਤਾਈਂ ਪਠਾਇਆ ਭੇਜਿਆ ਹੋਇਆ ਸੰਸਾਰੀ ਜੀਵਾਂ ਨੂੰ ਮੌਤ ਦਾ ਪਰਵਾਨਾ ਸੱਦਾ ਆਇਆ, ਭਾਵ ਆਉਂਦਾ ਤਾਂ ਕੋਈ ਵੀ ਜੀਵ ਮੌਤ ਦੇ ਸੱਦੇ ਨੂੰ ਫੇਰ ਮੋੜ ਨਹੀਂ ਸਕਦਾ, ਭਾਵ ਸਾਰਿਆਂ ਨੂੰ ਸੰਸਾਰ ਤੋਂ ਕੂਚ ਕਰਕੇ ਜਾਣਾ ਹੀ ਪੈਂਦਾ ਹੈ। ਆਪੇ ਕਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ। ਪਰਮੇਸ਼ਰ ਆਪ ਹੀ ਸ੍ਰਿਸ਼ਟੀ ਜੀਵਾਂ ਨੂੰ ਪੈਦਾ ਕਰਕੇ ਆਪ ਹੀ ਪਾਲਣਾ ਕਰਦਾ ਹੈ, ਆਪ ਹੀ ਸਾਰਿਆਂ ਦੇ ਚੰਗੇ ਮੰਦੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਿਰ ਸਿਰ ਹਰੇਕ ਜੀਵ ਸਿਰ ਬਸਿਰ ਭਾਵ ਭਿੰਨ ਭਿੰਨ ਜੀਵਾਂ ਤੋਂ ਕੀਤੇ ਕਰਮਾਂ ਅਨੁਸਾਰ ਲੇਖਾ ਹਿਸਾਬ ਮੰਗਦਾ ਹੈ, ਆਪ ਹੀ ਜੀਵ ਦੇ ਕੀਤੇ ਚੰਗੇ ਮੰਦੇ ਕਰਮਾਂ ਦੀ ਲਿਖਤ ਕਰਦਾ ਹੈ,
ਅਤੇ ਆਪ ਹੀ ਜੀਵਾਂ ਨੂੰ ਆਤਮਕ ਜੀਵਨ ਦੇ ਰਸਤੇ ਦੀ ਸੁਰਤ ਗਿਆਨ ਗਿਆਤ ਬੁਝਾਈ ਸਮਝਾ ਦਿੰਦਾ ਹੈ, ਆਪਣੇ ਸਰੂਪ ਦੀ ਗਿਆਤ ਸਮਝਾ ਦਿੰਦਾ ਹੈ। ਆਪ ਹੀ ਜੀਵਾਂ ਨੂੰ ਆਪਣੀ ਚੇਤਨ ਸੱਤਾ ਨਾਲ ਬੋਲਣ ਚੱਲਣ ਵੇਖਣ ਆਦਿ ਦੀ ਗਿਆਤ ਬੁਝਾਈ ਕਹੀਏ ਬੁਝਾ ਦਿੰਦਾ ਹੈ। ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ, ਜੋ ਸਾਹਿਬ ਮਾਲਕ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਰਹਿਤ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ, ਉਸ ਸੱਚੇ ਦੇ ਨਾਮ ਦੀ ਸੱਚੀ ਨਾਈ ਵਡਿਆਈ ਕਰਕੇ ਜਿਉਂਦੇ ਹੋਈਦਾ, ਸੱਚੇ ਨਾਮ ਨੂੰ ਉਚਾਰਨ ਕਰਕੇ ਆਤਮਕ ਜੀਵਨ ਵੱਲੋਂ ਜਿਉਂਦੇ ਹੋਈਦਾ ਹੈ। ਤੁਮ ਸਰ ਅਵਰ ਨ ਕੋਏ ਆਇਆ ਜਾਏ ਸੀ ਜੀਓ। ਹੇ ਪਰਮੇਸ਼ਰ ਜੀ, ਤੁਹਾਡੇ ਸਰ ਬਰਾਬਰ ਅਵਰ ਅਸਥਾਨ ਵਿੱਚ ਹੋਰ ਕੋਈ ਵੀ ਪੀਰ ਪੈਗੰਬਰ ਅਵਤਾਰ ਆਦਿ ਨਹੀਂ। ਹੋਰ ਜੋ ਵੀ ਸੰਸਾਰ ਵਿੱਚ ਜਨਮ ਧਾਰ ਕੇ ਆਇਆ ਹੈ, ਉਹ ਆਪ ਜੀ ਦੇ ਹੁਕਮ ਅਨੁਸਾਰ ਆਖਰ ਸੰਸਾਰ ਤੋਂ ਕੂਚ ਕਰਕੇ ਚੱਲਿਆ ਜਾਵੇਗਾ ਜੀ। ਹੁਕਮੀ ਹੋਏ ਨਬੇੜ ਭਰਮ ਚੁਕਾਏ ਸੀ ਜੀਓ। ਹੇ ਹੁਕਮੀ, ਹੁਕਮ ਕਰਨ ਵਾਲੇ ਵਾਹਿਗੁਰੂ ਜੀ, ਆਪ ਜੀ ਹੁਕਮ ਅਨੁਸਾਰ ਹੀ ਉਹਨਾਂ ਜੀਵਾਂ ਦੇ ਕਰਮਾਂ ਧਰਮਾਂ ਦਾ ਨਿਬੇੜ ਹਿਸਾਬ ਕਿਤਾਬ ਹੋਵੇਗਾ, ਜੰਮਣ ਮਰਨ ਦੇ ਗੇੜ ਦਾ ਨਿਬੇੜਾ ਹੋਵੇਗਾ, ਜਿਨ੍ਹਾਂ ਦਾ ਤੁਸੀਂ ਗੁਰਾਂ ਦੁਆਰਾ ਪੰਜ ਪ੍ਰਕਾਰ ਦਾ ਭਰਮ ਚੁਕਾਏ ਸੀ ਚੁਕਾ ਦੇਵੋਗੇ, ਦੂਰ ਕਰ ਦੇਵੋਗੇ। ਗੁਰ ਭਰਮ ਚੁਕਾਏ ਅਕਥ ਕਥਾ ਗੁਰ ਭਰਮ ਚੁਕਾਏ ਅਕਥ ਕਹਾਏ ਸੱਚ ਮਹਿ ਸਾਚ ਸਮਾਣਾ। ਹੇ ਅਕਥ ਕਥਨ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਜੀ, ਜਦੋਂ ਆਪ ਜੀ ਗੁਰਾਂ ਦੁਆਰਾ ਜੀਵ ਦੇ ਅੰਦਰੋਂ ਅੰਮ੍ਰਿਤ ਨਾਮ ਨੂੰ ਕਹਾ ਕੇ ਭਾਵ ਜਪਾ ਕੇ ਭਰਮ ਨੂੰ ਚੁਕਾ ਦਿੰਦੇ ਹੋ, ਤਾਂ ਜੀਵ ਦਾ ਹਿਰਦਾ ਸਚਿਆਈ ਵਾਲਾ ਹੋ ਕੇ ਤੁਹਾਡੇ ਸੱਚ ਸਰੂਪ ਵਿੱਚ ਸਮਾਣਾ ਸਮਾ ਜਾਂਦਾ ਹੈ। ਆਪ ਉਪਾਏ ਆਪ ਸਮਾਏ ਹੁਕਮੀ ਹੁਕਮ ਪਛਾਣਾ। ਹੇ ਪਰਮੇਸ਼ਰ ਜੀ, ਤੂੰ ਆਪ ਹੀ ਸੰਸਾਰ ਨੂੰ ਸਥੂਲ ਸੂਖਮ ਤੱਤਾਂ ਦੁਆਰਾ ਉਪਾਏ ਪੈਦਾ ਕਰਦਾ ਹੈ ਅਤੇ ਆਪ ਹੀ ਸਥੂਲ ਸੂਖਮ ਤੱਤਾਂ ਦੀ ਸਮਾਪਤੀ ਕਰਕੇ ਆਪਣੇ ਵਿੱਚ ਸਮਾਏ ਲੀਨ ਕਰ ਲੈਂਦਾ ਹੈ। ਹੇ ਹੁਕਮ ਕਰਨ ਵਾਲੇ ਪਰਮੇਸ਼ਰ, ਗੁਰਮੁਖ ਜਨਾਂ ਨੇ ਤੁਹਾਨੂੰ ਗੁਰਾਂ ਦੇ ਹੁਕਮ ਭਾਵ ਉਪਦੇਸ਼ ਦੁਆਰਾ ਪਛਾਣਿਆ ਹੈ। ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ। ਹੇ ਪਰਮੇਸ਼ਰ ਜੀ, ਜਿਨ੍ਹਾਂ ਨੇ ਤੇਰੇ ਸਰੂਪ ਦੀ ਪ੍ਰਾਪਤੀ ਰੂਪ ਸੱਚੀ ਵਡਿਆਈ ਮਹਿਮਾ ਗੁਰ ਸਤਿਗੁਰਾਂ ਤੋਂ ਪਾਉਣਾ ਕੀਤੀ ਹੈ, ਉਹਨਾਂ ਦੇ ਮਨ ਹਿਰਦੇ ਵਿੱਚ ਤੂੰ ਆ ਕੇ ਵੱਸ ਜਾਂਦਾ ਹੈ ਅਤੇ ਅਖੀਰ ਸਮੇਂ ਵੀ ਉਹਨਾਂ ਦਾ ਸਹਾਇਕ ਬਣਦਾ ਹੈ। ਉਹਨਾਂ ਨੇ ਤੈਨੂੰ ਅੰਤ ਅਖੀਰ ਦੇ ਸਮੇਂ ਦਾ ਮਨ ਹਿਰਦੇ ਵਿੱਚ ਸਖਾਈ ਸਹਾਇਕ ਮੰਨਿਆ ਹੈ। ਨਾਨਕ ਸਾਹਿਬ ਅਵਰ ਨ ਦੂਜਾ ਨਾਮ ਤੀਰੈ ਵਡਿਆਈ। ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਹਨ ਕਿ ਹੇ ਸਾਹਿਬ ਮਾਲਕ ਪਰਮੇਸ਼ਰ ਜੀ, ਆਪ ਜੀ ਤੋਂ ਬਗੈਰ ਅਵਰ ਅਸਥਾਨ ਵਿੱਚ ਦੂਸਰਾ ਕੋਈ ਹੈ ਹੀ ਨਹੀਂ। ਹੇ ਪਰਮੇਸ਼ਰ ਜੀ, ਤੁਹਾਡੀ ਪ੍ਰਾਪਤੀ ਦੀ ਵਡਿਆਈ ਤੁਹਾਡੇ ਨਾਮ ਜਪਣੇ ਕਰਕੇ ਹੀ ਪ੍ਰਾਪਤ ਹੁੰਦੀ ਹੈ। ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀਓ। ਹੇ ਸੱਚੇ ਤ੍ਰੈਕਾਲ ਅਬਾਦ ਰੂਪ ਪਰਮੇਸ਼ਰ ਜੀ, ਤੂੰ ਮਾਇਆ ਬਿਰਤੀ ਦੁਆਰਾ ਸੰਸਾਰ ਨੂੰ ਸਿਰਜਣਹਾਰ ਰਚਣ ਵਾਲਾ, ਅਸ਼ੁੱਧ ਮਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ,
ਅਤੇ ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਅਤੇ ਫਿਰ ਸਥੂਲ ਤੱਤਾਂ ਦੁਆਰਾ ਸਥੂਲ ਸ੍ਰਿਸ਼ਟੀ ਨੂੰ ਸਰੰਦਿਆ ਪੈਦਾ ਕਰਨ ਵਾਲਾ ਹੈ। ਏਕ ਸਾਹਿਬ ਦੁਇ ਰਾਹ ਵਾਦ ਵਧੰਦਿਆ ਜੀਓ। ਹੇ ਪਰਮੇਸ਼ਰ ਜੀ, ਇੱਕ ਤੂੰ ਹੀ ਸਾਰਿਆਂ ਦਾ ਸਾਹਿਬ ਮਾਲਕ ਹੈ। ਸੰਸਾਰ ਦੇ ਅੰਦਰ ਦੋ ਗੁਰਮੁਖ ਅਤੇ ਮਨਮੁਖ, ਆਸਤਕ ਅਤੇ ਨਾਸਤਕ, ਮੈਂ ਅਤੇ ਤੂੰ ਦੋ ਰਾਹ ਰਸਤੇ ਬਣੇ ਹੋਏ ਹਨ। ਇਸੇ ਕਾਰਨ ਹੀ ਜੀਵਾਂ ਨੇ ਆਪਸ ਵਿੱਚ ਵਾਦ ਝਗੜੇ ਵਧੰਦਿਆ ਵਧਾ ਲਏ ਹਨ ਅਤੇ ਦੁਇ ਰਾਹ ਚਲਾਏ ਹੁਕਮ ਸਬਾਏ ਜਨਮ ਮੁਆ ਸੰਸਾਰਾ। ਹੇ ਪਰਮੇਸ਼ਰ ਜੀ, ਜੋ ਤੁਸੀਂ ਗੁਰਮੁਖ ਅਤੇ ਮਨਮੁਖ, ਆਸਤਕ ਅਤੇ ਨਾਸਤਕ ਆਦਿ ਦੋ ਰਾਹ ਰਸਤੇ ਚਲਾਏ ਹਨ, ਇਹ ਸਬਾਏ ਸਭ ਆਪ ਜੀ ਦੇ ਹੁਕਮ ਵਿੱਚ ਹੈ ਅਤੇ ਸੰਸਾਰਾ ਜਗਤ ਦੇ ਜੀਵ ਝਗੜਿਆਂ ਵਿੱਚ ਲੱਗਣ ਕਰਕੇ ਜੰਮਦੇ ਮਰਦੇ। ਹੇ ਭਾਈ, ਜਿਹੜੇ ਆਪਣੇ ਆਪ ਨੂੰ ਦੁਵੈਤ ਦੇ ਰਸਤੇ 'ਤੇ ਚਲਾਉਂਦੇ, ਉਹ ਸਬਾਏ ਸਾਰੇ ਹੀ ਹੁਕਮ ਦੇ ਵਿੱਚ ਜਨਮ ਧਾਰ ਕੇ ਆਉਂਦੇ ਹਨ ਅਤੇ ਅਖੀਰ ਨੂੰ ਸੰਸਾਰਾ ਜਗਤ ਵਿੱਚ ਵਿਕਾਰਾਂ ਨੂੰ ਭੋਗਦੇ ਮਰ ਕੇ ਚਲੇ ਜਾਂਦੇ ਹਨ। ਨਾਮ ਬਿਨਾ ਨਾਹੀ ਕੋ ਬੇਲੀ, ਬਿਖ ਲਾਦੀ ਸਿਰ ਭਾਰਾ। ਹੇ ਪਰਮੇਸ਼ਰ ਜੀ, ਤੁਹਾਡੇ ਨਾਮ ਤੋਂ ਬਗੈਰ ਇਸ ਜੀਵ ਦਾ ਕੋਈ ਵੀ ਬੇਲੀ ਸਹਾਇਕ ਨਹੀਂ ਹੈ, ਕਿਉਂਕਿ ਇਸ ਜੀਵ ਨੇ ਤੇਰੇ ਸਿਮਰਨ ਕਰਨ ਤੋਂ ਬਗੈਰ ਆਪਣੇ ਹਿਰਦੇ ਰੂਪੀ ਗੱਡੇ ਵਿੱਚ ਵਿਸ਼ਿਆਂ ਰੂਪੀ ਜ਼ਹਿਰ ਲੱਦੀ ਹੋਈ ਹੈ ਅਤੇ ਸਿਰ ਉੱਤੇ ਪਾਪਾਂ ਰੂਪੀ ਬੋਝ ਉਠਾਇਆ ਹੋਇਆ, ਨਿੰਦਿਆ ਰੂਪੀ ਪੰਡ ਦਾ ਭਾਰ ਸਿਰ 'ਤੇ ਚੁੱਕਿਆ ਹੋਇਆ, ਮਾਤਾ ਦੇ ਗਰਭ ਵਿੱਚ ਸਿਰ ਦੇ ਭਾਰ ਉਲਟਾ ਲਮਕਦਾ ਹੈ, ਨਰਕਾਂ ਵਿੱਚ ਸਿਰ ਦੇ ਭਾਰ ਉਲਟਾ ਲਮਕਣਾ ਪੈਂਦਾ ਹੈ। ਹੁਕਮੀ ਆਇਆ ਹੁਕਮ ਨ ਬੂਝੈ ਹੁਕਮ ਸਵਾਰਨ ਹਾਰਾ। ਹੇ ਪਰਮੇਸ਼ਰ ਜੀ, ਤੁਹਾਡੇ ਹੁਕਮੀ ਹੁਕਮ ਵਿੱਚ ਹੀ ਇਹ ਜੀਵ ਸੰਸਾਰ ਵਿੱਚ ਜਨਮ ਧਾਰ ਕੇ ਗੁਰਾਂ ਦੁਆਰਾ ਨਾਮ ਜਪ ਕੇ ਤੁਹਾਡੇ ਸਰੂਪ ਦੀ ਪ੍ਰਾਪਤੀ ਵਾਸਤੇ ਆਇਆ ਹੈ, ਪਰ ਇਸ ਹੁਕਮ ਨੂੰ ਇਹ ਜੀਵ ਕੁਸੰਗਤ ਵਿੱਚ ਲੱਗਣੇ ਕਰਕੇ ਬੂਝੈ ਸਮਝਦਾ ਹੀ ਨਹੀਂ। ਆਪ ਜੀ ਦਾ ਹੁਕਮ ਹੀ ਗੁਰਾਂ ਦੁਆਰਾ ਇਸ ਜੀਵ ਦੇ ਜੀਵਨ ਨੂੰ ਸੰਵਾਰਨ ਵਾਲਾ ਹੈ। ਵੈਰਾਗ ਵਿਵੇਕ ਖੜ ਸੰਪਤੀ ਆਦਿ ਸਾਧਨਾਂ ਦੁਆਰਾ ਹੁਕਮ ਮੰਨਣ ਵਾਲੇ ਜੀਵਾਂ ਦੇ ਜੀਵਨ ਨੂੰ ਸਵਾਰਨ ਵਾਲਾ ਹੈ। ਨਾਨਕ ਸਾਹਿਬ ਸ਼ਬਦ ਸਿਆਪੈ ਸਾਚਾ ਸਿਰਜਣਹਾਰਾ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਰਮੇਸ਼ਰ ਜੀ, ਤੂੰ ਸੱਚਾ ਤ੍ਰੈਕਾਲ ਆਬਾਦ ਰੂਪ ਮਾਇਆ ਬਿਰਤੀ ਦੁਆਰਾ ਜਗਤ ਨੂੰ ਰਚਣ ਵਾਲਾ ਹੈ, ਪਰੰਤੂ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਸਾਹਿਬ ਮਾਲਕ ਪਰਮੇਸ਼ਰ ਜੀ ਤੂੰ ਅੰਤਹਿ ਕਰਨ ਦੇ ਅੰਦਰ ਪ੍ਰਕਾਸ਼ ਰੂਪ ਕਰਕੇ ਸਿਆਪੈ ਸਿਆਣਿਆ ਜਾਂਦਾ ਹੈ। ਭਗਤ ਸੋਹੈ ਦਰਬਾਰ ਸ਼ਬਦ ਸੁਹਾਇਆ ਜੀਓ। ਹੇ ਪਿਆਰੇ ਜੀ, ਜਿਨ੍ਹਾਂ ਦਾ ਮਨ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਸੁਹਾਇਆ ਸ਼ੋਭਨੀਕ ਹੋਇਆ ਵਾ, ਜੀਵਨ ਮੁਕਤੀ ਨੂੰ ਦੇਣ ਵਾਲਾ ਸ਼ਬਦ ਬ੍ਰਹਮ ਆਤਮਾ ਰੂਪ ਕਰਕੇ ਸੁਹਾਇਆ ਸ਼ੋਭਨੀਕ ਹੈ, ਉਹ ਭਗਤ ਜਨ ਸੱਚਖੰਡ ਰੂਪੀ ਸਤਸੰਗਤ ਰੂਪੀ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ। ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ। ਉਹ ਭਗਤ ਜਨ ਰਸਨਾ ਕਰਕੇ ਅੰਮ੍ਰਿਤ ਰੂਪ ਬਾਣੀ ਨੂੰ ਬੋਲਦੇ ਹਨ, ਭਾਵ ਕਿਸੇ ਨੂੰ ਕੌੜੇ ਦੁੱਖਦਾਇਕ ਬਚਨ ਨਹੀਂ ਬੋਲਦੇ, ਕਿਉਂਕਿ ਉਹਨਾਂ ਨੇ ਪ੍ਰੀਤ ਰੂਪੀ ਰਸਨਾ ਨੂੰ ਨਾਮ ਦੇ ਰਸ ਵਿੱਚ ਰਸਾ ਲਿਆ ਹੈ ਜੀ। ਉਹ ਆਪ ਨਾਮ ਰਸ ਵਿੱਚ ਰਸੇ ਹਨ ਅਤੇ ਹੋਰਨਾਂ ਦੀ ਬਿਰਤੀ ਰੂਪ ਰਸਨਾ ਨੂੰ ਵੀ
ਨਾਮ ਰਸ ਵਿੱਚ ਰਸਾ ਦਿੱਤਾ ਹੈ। ਰਸਨ ਰਸਾਈ ਨਾਮ ਸਤਸਾਈ ਗੁਰ ਕੈ ਸ਼ਬਦ ਵਿਕਾਣੇ। ਇਹ ਪਰਮੇਸ਼ਰ ਜੀ ਜਿਨ੍ਹਾਂ ਗੁਰਮੁਖ ਜਨਾਂ ਨੇ ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਕੇ ਆਪਣੇ ਆਪ ਨੂੰ ਵਿਕਾਣੇ ਵੇਚਿਆ ਹੈ, ਭਾਵ ਨਿਰਹੰਕਾਰ ਹੋਏ ਹਨ, ਉਹਨਾਂ ਨਾਮ ਦੇ ਤਸਾਏ ਪਿਆਸੇ ਪ੍ਰੇਮੀਆਂ ਦੀ ਰਸਨਾ ਨੂੰ ਤੂੰ ਆਪਣੇ ਨਾਮ ਰਸ ਵਿੱਚ ਰਸਾ ਦਿੱਤਾ ਹੈ ਅਤੇ ਪਾਰਸ ਪਰਸਿਐ ਪਾਰਸ ਹੋਏ ਜਾ ਤੀਰੈ ਮਨ ਭਾਣੇ। ਜਦੋਂ ਉਹ ਤੀਰੈ ਤੁਹਾਡੇ ਮਨ ਵਿੱਚ ਭਾਣੇ ਪਾ ਜਾਂਦੇ ਹਨ ਤਾਂ ਉਹ ਗੁਰੂ ਰੂਪ ਪਾਰਸ ਦੇ ਪਰਸਿਆ ਪਰਸਨੇ ਕਰਕੇ ਪਾਰਸ ਰੂਪ ਹੋ ਕੇ ਸੰਸਾਰ ਦੀ ਕਲਿਆਣ ਕਰਨ ਵਾਲੇ ਬਣ ਜਾਂਦੇ ਹਨ। ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ। ਜਿਨ੍ਹਾਂ ਨੇ ਗੁਰਾਂ ਦੁਆਰਾ ਆਪਾ ਭਾਵ ਹੰਕਾਰ ਗਵਾ ਦਿੱਤਾ ਹੈ ਉਹਨਾਂ ਨੇ ਸੱਚ ਸਰੂਪ ਦੀ ਪ੍ਰਾਪਤੀ ਰੂਪ ਅਮਰਾ ਮਰਨ ਤੋਂ ਰਹਿਤ ਪਦ ਪਦਵੀ ਨੂੰ ਪਾ ਲਿਆ ਹੈ। ਉਸ ਸੱਚ ਸਰੂਪ ਦੇ ਗਿਆਨ ਦਾ ਵਿਚਾਰੀ ਵਿਚਾਰਵਾਨ ਕੋਈ ਵਿਰਲਾ ਹੀ ਹੈ। ਨਾਨਕ ਭਗਤ ਸੋਹਨ ਦਰ ਸੱਚੈ ਸਾਚੇ ਕੀ ਵਾਪਾਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹ ਭਗਤ ਸੱਚੇ ਪਰਮੇਸ਼ਰ ਦੇ ਸੱਚਖੰਡ ਰੂਪੀ ਦਰਬਾਰ ਵਿੱਚ ਸਤਸੰਗਤ ਰੂਪੀ ਦਰਬਾਰ ਵਿੱਚ ਸੋਹਨ ਸ਼ੋਭਾ ਪਾਉਂਦੇ ਹਨ ਜੋ ਸੱਚੇ ਪਰਮੇਸ਼ਰ ਦੇ ਨਾਮ ਜਪਣ ਦਾ ਵਾਪਾਰੀ ਵਣਜ ਕਰਨ ਵਾਲੇ ਹਨ। ਹੋਰਨਾਂ ਨੂੰ ਸੱਚੇ ਪਰਮੇਸ਼ਰ ਦੇ ਨਾਮ ਜਪਾਉਣ ਦੇ ਵਪਾਰ ਵਿੱਚ ਲੱਗੇ ਹੋਏ ਆ। ਭੁੱਖ ਪਿਆਸੋ ਆਥ ਕਿਉ ਦਰ ਜਾਇਸਾ ਜੀਓ। ਹੇ ਪਿਆਰੇ ਜੀ, ਜਿਹੜੇ ਆਥ ਹੁੰਦਾ ਮਾਇਆ ਪਦਾਰਥਾਂ ਦੀ ਆਸਾ ਦੇ ਭੁੱਖੇ ਅਤੇ ਪਿਆਸੇ ਤੇ ਆਏ ਆ, ਉਹ ਬ੍ਰਹਮ ਦੇ ਗਿਆਨ ਰੂਪੀ ਦਰ ਦਰਵਾਜ਼ੇ ਵਿੱਚ ਕਿਵੇਂ ਜਾਣਗੇ? ਉਹ ਕਿਸ ਪ੍ਰਕਾਰ ਸੱਚ ਸਰੂਪ ਦੇ ਦਰ ਵੱਲ ਪਹੁੰਚ ਜਾ ਸਕਣਗੇ? ਭਾਵ ਨਹੀਂ ਪਹੁੰਚ ਸਕਦੇ। ਸਤਿਗੁਰ ਪੁੱਛੋ ਜਾਇ ਨਾਮ ਧਿਆਏ ਸਾ ਜੀਓ। ਹੇ ਪਿਆਰੇ ਜੀ, ਇਹ ਤਾਂ ਪੂਰੇ ਸਤਿਗੁਰਾਂ ਦੀ ਸ਼ਰਨ ਵਿੱਚ ਜਾ ਕੇ ਪੁੱਛਣਾ ਕਰੋ ਅਤੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਧਿਆਇਸਾ ਧਿਆਉਣਾ ਕਰੋ। ਹੇ ਪਿਆਰੇ ਜੀ, ਜਿਹੜੇ ਗੁਰਾਂ ਦੁਆਰਾ ਨਾਮ ਨੂੰ ਧਿਆ ਕੇ ਸਰੂਪ ਰੂਪੀ ਜਗ੍ਹਾ ਵਿੱਚ ਪਹੁੰਚੇ ਹਨ, ਉਹਨਾਂ ਦੀ ਤਰ੍ਹਾਂ ਤੁਸੀਂ ਵੀ ਸਤਿਗੁਰਾਂ ਤੋਂ ਪੁੱਛ ਕੇ ਸਰੂਪ ਰੂਪੀ ਜਾਏ ਜਗ੍ਹਾ ਵਿੱਚ ਪਹੁੰਚਣਾ ਕਰੋ। ਸੱਚ ਨਾਮ ਧਿਆਈ ਸਾਚ ਚਵਾਈ ਗੁਰਮੁਖ ਸਾਚ ਪਛਾਣਾ। ਹੇ ਪਿਆਰੇ ਜੀ, ਹਰ ਵਕਤ ਸੱਚੇ ਨਾਮ ਨੂੰ ਧਿਆਉਣੇ ਕਰਕੇ ਅਤੇ ਸੱਚੇ ਨਾਮ ਨੂੰ ਬਾਣੀ ਦੁਆਰਾ ਚਵਾਈ ਉਚਾਰਨੇ ਕਰਕੇ ਗੁਰਮੁਖ ਜਨਾਂ ਨੇ ਮਨ ਬਾਣੀ ਸਰੀਰ ਕਰਕੇ ਗੁਰਾਂ ਦੁਆਰਾ ਸੱਚ ਸਰੂਪ ਨੂੰ ਪਛਾਣਿਆ ਹੈ। ਦੀਨਾਨਾਥ ਦਿਆਲ ਨਿਰੰਜਨ ਅਨਦਿਨ ਨਾਮ ਵਖਾਣਾ। ਹੇ ਪਿਆਰੇ ਜੀ, ਜੋ ਦੀਨਾ ਗਰੀਬਾਂ ਦਾ ਨਾਥ ਸੁਆਮੀ ਦਿਆਲ ਦਇਆ ਦਾ ਆਲ ਘਰ ਨਿਰੰਜਨ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਵਾਹਿਗੁਰੂ ਹੈ, ਉਸ ਪਰਮੇਸ਼ਰ ਦੇ ਨਾਮ ਦਾ ਅਨਦਿਨ ਹੁੰਦਾ ਰਾਤ ਦਿਨ ਹੀ ਵਖਾਣਾ ਕਥਨ ਕਰੋ। ਕਰਣੀ ਕਾਰ ਧੁਰੋਹ ਫੁਰਮਾਈ ਆਪ ਮੁਆ ਮਨ ਮਾਰੀ। ਜੋ ਵਾਹਿਗੁਰੂ ਨੇ ਕਰਣੀ ਕਰਨੇ ਯੋਗ ਭਗਤੀ ਦੀ ਕਾਰ ਕਰਨੀ ਧੁਰੋਹ ਆਦਿ ਤੋਂ ਹੀ ਕਹੀ ਹੋਈ ਨਿਸ਼ਚਿਤ ਕੀਤੀ ਹੋਈ ਆ, ਉਸ ਭਗਤੀ ਰੂਪ ਕਾਰ ਨੂੰ ਕਰਕੇ ਆਪਾ ਭਾਵ ਹੰਕਾਰ ਮਰ ਜਾਂਦਾ ਅਤੇ ਮਨ ਦੀ ਮੰਦੀ ਵਾਸ਼ਨਾ ਵੀ ਮਰ ਜਾਂਦੀ। ਨਾਨਕ ਨਾਮ ਮਹਾਰਸ ਮੀਠਾ।
ਤ੍ਰਿਸ਼ਨਾ ਨਾਮ ਨਿਵਾਰੀ। ਨਾਨਕ ਨਾਮ ਮਹਾਰਸ ਮੀਠਾ, ਤ੍ਰਿਸ਼ਨਾ ਨਾਮ ਨਿਵਾਰੀ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਪਿਆਰੇ, ਗੁਣਾਂ ਦੇ ਦਾਤੇ ਪਰਮੇਸ਼ਰ ਦਾ ਨਾਮ ਮਹਾ ਕਹੀਏ ਵੱਡੇ ਰਸ ਭਾਵ ਬ੍ਰਹਮਾਨੰਦ ਦੇ ਦੇਣ ਵਾਲਾ, ਅੰਮ੍ਰਿਤ ਦੀ ਨਿਆਈ ਬਹੁਤ ਮਿੱਠਾ ਕਹੀਏ ਮਿੱਠਾ ਹੈ। ਜਿਨ੍ਹਾਂ ਨੇ ਇਹ ਰਸ ਚੱਖਿਆ ਹੈ ਉਹਨਾਂ ਦੀ ਰਸਾਂ ਕਸਾਂ ਦੇ ਭੋਗਾਂ ਦੀ ਤ੍ਰਿਸ਼ਨਾ ਪਰਮੇਸ਼ਰ ਦੇ ਨਾਮ ਨੇ ਨਿਵਾਰੀ ਨਿਵਿਰਤ ਕਰ ਦਿੱਤੀ ਹੈ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।